ਕਹਿ ਰਿਹਾ ਲੈ ਲਾ ਜੋ ਲੈਣੀ ਤੇ ਬੱਚਾ ਵੀ ਕਹਿੰਦਾ ਕਿ ਡੈਬਿਟ ਆਫ ਕਰ ਦੇ ਜਿਹੜੀ 1257 ਨਾਲ ਵੀ ਅੱਛਾ ਮੈਂ ਬੱਚੇ ਨੂੰ ਬਿਠਾਇਆ ਜਿਹੜਾ ਆਪਣਾ ਮੋਟਰਸਾਈਕਲ ਤੇ ਜਿਹੜੀ ਨਵੀਂ ਗੱਡੀ ਨਹੀਂ ਲਈ ਮੈਂ 1257 ਅਸਲਾਮ ਵਾਲੇਕਮ ਜੀ ਭਾਅ ਜੀ ਮੈਂ ਨਾ ਗਰਮੀ ਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਨੂੰ ਨਾ ਖਿੱਚ ਕੇ ਲਿਆਂਦਾ ਵਾ ਅਤੇ ਗਰਮੀ ਦੇ ਵਿੱਚ ਅੰਦਰ ਸਰਦੀ 'ਚ ਬੈਠੇ ਹੋਏ ਸੀ ਉਹ ਏ ਸੀ ਲਾ ਕੇ ਮੈਂ ਕਿਹਾ ਯਾਰ ਕਿਤੇ ਐਵੇਂ ਤਾਰ ਲੱਗ ਜਾਏਗਾ ਮੈਂ ਕਿਹਾ ਯਾਰ ਆਓ ਜ਼ਰਾ ਤੁਹਾਨੂੰ ਬਾਹਰ ਫਰਾਕ ਟਰਾਕ ਲਿਆਵਾਂ ਉਹ ਫਿਰ ਮੈਂ ਇੱਥੇ ਬਿਠਾ ਕੇ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਯਾਰ ਮੇਰਾ ਨਾ ਇੱਕ ਜ਼ਿਹਨ 'ਚ ਖਿਆਲ ਆਇਆ ਵਾ ਦਾਨਿਸ਼ ਸਾਹਿਬ ਮਿੱਟਾ ਜੀ ਆਹੋ ਦੱਸ ਲਾ ਭਾਅ ਜੀ ਮੈਂ ਇਹ ਸੋਚਿਆ ਕਿ ਮੇਰਾ ਪ੍ਰੋਗਰਾਮ ਹੈ ਭਾਅ ਜੀ ਦਿਲ ਦੀਆਂ ਗੱਲਾਂ ਇਹਦਾ ਨਾਮ ਆ ਸੈਗਮੈਂਟ ਦਾ ਨਾਂ ਕੌਣ ਜਾਣਦਾ ਦਿਲ ਦੀਆਂ ਗੱਲਾਂ ਤੈਨੂੰ ਜਿੰਨਾ ਬਿੱਲ ਆ ਤੂੰ ਕਰ ਬਿੱਲ ਦੀਆਂ ਗੱਲਾਂ ਹਾਂ ਬਿੱਲ ਇਕੱਠਾ ਕਰ ਇੱਥੇ ਬਹਿ ਕੇ ਲਓ ਜੀ ਭਾਅ ਜੀ ਗੱਲ ਇਹ ਆ ਜਿੱਥੇ ਹੁਣ ਅੱਗੇ ਅਪਲਾਈ ਕਰਨਾ ਨਾ ਤੂੰ ਕਰ ਉਸ ਮਿੱਲ ਦੀਆਂ ਗੱਲਾਂ ਅੱਛਾ ਅੱਛਾ ਇਹ ਤੁਹਾਡੇ ਤੇਰਾ ਮੇਰਾ ਖਾਤਾ ਨਾ ਉਹ ਨਿਲ ਦੀਆਂ ਅੱਛਾ ਤੇ ਉਹ ਮੈਂ ਭਾਅ ਜੀ ਦਿਲ ਦੀਆਂ ਗੱਲਾਂ ਦੇ ਵਿੱਚ ਮੈਂ ਆ ਗਿਆ ਮੈਂ ਇੱਕ ਗੱਲ ਸੋਚੀ ਮਿੱਠਾ ਜੀ ਮੈਂ ਕਿਹਾ ਜੀ ਇਹ ਜਿਹੜੇ ਹਾਲਾਤ ਚੱਲਣ ਡੇ ਨੇ ਨਾ ਭਾਅ ਜੀ ਬੜੇ ਸਖਤ ਨੇ ਬਹੁਤ ਟਫ ਚੱਲਣ ਡੇ ਖਾਸ ਕਰਕੇ ਜਿਹੜੇ ਅਸੀਂ ਲੋਕ ਮਤਲਬ ਸਾਡੇ ਕੋਲ ਆ ਜਾ ਕੇ ਅਸੀਂ ਆਰਟਿਸਟ ਬੇਸਿਕਲੀ ਆਪਣੀ ਦੁਕਾਨ ਆਪ ਹੁੰਦਾ ਉਹਨੇ ਆਪਣੇ ਸਿਰ ਤੋਂ ਯਾਨੀ ਉਹਦਾ ਹੀ ਆਪਣਾ ਆਪ ਹੀ ਵਿਕਣਾ ਉਹੋ ਹੀ ਉਹਦੀ ਦਿਹਾੜੀ ਉਹੋ ਹੀ ਉਹਦੀ ਹਵਾਈ ਰੋਜ਼ੀ ਉਹੋ ਹੀ ਉਹਦੀ ਰਾਸ ਉਹੋ ਹੀ ਉਹਦਾ ਮਤਲਬ ਸਾਰਾ ਕੁਛ ਵਾ ਸ਼ਟਰ ਵੀ ਉਹ ਆਪ ਹੀ ਚੁੱਕਦਾ ਆਪਣਾ ਯਾਨੀ ਸੁੱਤਾ ਉੱਠਦਾ ਵਾ ਅਤੇ ਜਿਹੜਾ ਕੰਮ ਕਰਨਾ ਸ਼ੋਅ ਕਰਨਾ ਆਰਟਿਸਟ ਬੇਸਿਕਲੀ ਇੱਕ ਆਪਣਾ ਬਿਜ਼ਨਸ ਆਪਣਾ ਕਾਰੋਬਾਰ ਉਹਦਾ ਸਾਰਾ ਕੁਛ ਆਪ ਹੀ ਹੁੰਦਾ ਆਪਣਾ ਕਾਊਂਟਰ ਵੀ ਆਪ ਆ ਗੱਲਾਂ ਵੀ ਆਪ ਆ ਉਹ ਸਾਫੀ ਵੀ ਆਪ ਆ ਜਿਹੜਾ ਮੁੰਡਾ ਕੰਮ 'ਤੇ ਰੱਖਿਆ ਹੁੰਦਾ ਉਹ ਵੀ ਆਪ ਆ ਗਾਹਕ ਵੀ ਆਪ ਹਰ ਸ਼ੈ ਹਰ ਸ਼ੈ ਆਪ ਨਹੀਂ ਗਾਹਕ ਗਾਹਕ ਹੈ ਨੇ ਮਿੱਟੇ ਮੇਰਾ ਥੋੜਾ ਗੈਟਅਪ ਦਾ ਹੀ ਖਿਆਲ ਕਰ ਲਾ ਮੈਂ ਪੂਰਾ ਆਪਣੇ ਲੋ ਤਿਆਰ ਹੋ ਕੇ ਆਇਆ ਭਾਜੀ ਪਤਾ ਕਿ ਗਰਮੀ ਹੈਗੀ ਹੈ ਮਾਫ਼ ਕਰ ਦੇਣਾ ਗਰਮੀ ਦੇ ਵਿੱਚ ਵਾਧਾ ਘਾਟਾ ਯਾਰ ਮੈਨੂੰ ਮਾਫ਼ ਕਰ ਦੇਣਾ ਮੈਂ ਏਦਾਂ ਹੀ ਬਹਿ ਗਿਆ ਜ਼ਰਾ ਅੱਛਾ ਉਹ ਗੱਲ ਕਰ ਰਹੇ ਸੀ ਕਿ ਯਾਰ ਆਪਣੇ ਹਾਲਾਤਾਂ ਨੂੰ ਹੁਣ ਤੋਂ ਸਮਝੋ ਆ ਜਿਹੜੇ 30 ਅਬਵ ਲੋਕ ਹੋ ਜਾਂਦੇ ਨੇ ਨਾ 30 ਤੋਂ 31 ਸਾਲਾਂ ਜਾਂਦੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਉੱਥੋਂ ਆਪਣੇ ਆਪ ਨੂੰ ਕਹਿ ਦੇਣ ਨਾਓ ਸਟਾਰਟ ਜਿਵੇਂ ਸਾਡੇ ਉਸਤਾਦ ਨੇ ਗਰੁੱਪ ਬਣਾਇਆ ਨਾਓ ਸਟਾਰਟ ਉਦੋਂ ਬੰਦੇ ਨੂੰ ਆਪਣਾ ਆਪ ਸਟਾਰਟ ਕਰ ਦੇਣਾ ਚਾਹੀਦਾ ਕਿ ਜਿਹੜੇ 40 ਸਾਲਾਂ ਤੀਕਰ 10 ਸਾਲ ਦੀ ਜਿਹੜੀ ਤੁਹਾਡੀ ਲਾਈਫ ਨਾ ਇਹਦੇ ਵਿੱਚ ਤੁਸੀਂ ਕੁਛ ਨਾ ਕੁਛ ਕਰਨਾ ਵਾ ਯਾਨੀ ਆਉਣ ਵਾਲੀ ਜ਼ਿੰਦਗੀ ਜਾਂ ਤਾਂ ਬਹਿ ਕੇ ਖਾਣਾ ਵਾ ਅਤੇ ਜਾਂ ਤੁਸੀਂ ਮਤਲਬ ਪੈ ਕੇ ਖਾਣਾ ਉਹ ਦੋਵੇਂ ਫੈਸਲੇ ਤੁਸੀਂ ਇਹਨਾਂ 10 ਸਾਲਾਂ 'ਚ ਕਰ ਲੈਣੇ ਹੁੰਦੇ ਇੱਕ ਗੱਲ ਮੈਂ ਇੱਥੇ ਤੁਹਾਡੀ ਗੱਲ 'ਚ ਐਡ ਕਰ ਦਾਂਗਾ ਕਿ ਸਿਆਣੀ ਗੱਲ ਸਿਖਾਉਣ ਲੱਗਾ ਜੀਓ ਜ਼ਫਰ ਜੰਜੂਆ ਸਾਹਿਬ ਐਡ ਕਰਨ ਦੇ ਤੇਰੀ ਵੀ ਮੁਸ਼ਤਾਕ ਸਖੇਰਾ ਸਾਹਿਬ ਕਹਿ ਰਹੇ ਤੁਹਾਡੀ ਤੁਸੀਂ ਇੱਕ ਮਿੰਟ ਠਹਿਰੋ ਹਸਨ ਨਸਾਰ ਸਾਹਿਬ ਜੀ ਚਲੋ ਠੀਕ ਹੋ ਗਿਆ ਜੀ ਰਾਏ ਹਸਨ ਹਰਲ ਸਾਹਿਬ ਮੈਂ ਕਹਿਣਾ ਇਹ ਚਾਹੁੰਦਾ ਵਾਂ ਕਿ ਫਜ਼ੂਲ ਗੁਫ਼ਤਗੂ ਜਿੱਥੇ ਹੋ ਰਹੀ ਹੋਵੇ ਉਹਦੇ ਤੇ ਕਦੀ ਗੌਰ ਨਾ ਕਰੋ 10-10 ਸਕਿੰਟ ਵਾਲਾ ਆਉਂਦਾ ਵਾ ਉਹਨੂੰ ਨੱਪੋ ਤੇ ਅੱਗੇ ਨਿਕਲੋ ਜਿੱਥੇ ਕਿਤੇ ਮਿੱਠਾ ਬੋਲੇ ਦਾਨਿਸ਼ ਬੋਲੇ ਉੱਥੇ ਪਲੇ ਕਰੋ ਅਰੇ ਦਾਨਿਸ਼ ਸਿਆਣੀ ਗੱਲ ਔਰ ਹਾਲਾਤਾਂ ਦੀ ਜਿਹੜੀ ਪੇਚੀਦਗੀ ਆ ਉਹ ਇੱਥੋਂ ਤੀਕਰ ਆ ਗਈ ਆ ਕਿ ਮੈਂ ਪਰੇਸ਼ਾਨ ਹੋ ਗਿਆ ਕੱਲ ਮੈਂ ਭਾਜੀ ਮੈਂ ਮਿੱਠੇ ਸਮਝ ਗਿਆ ਇਹ ਸ਼ੋਅ ਕੋਈ ਨੀ ਮਾਂਗਾ ਮੰਡੀ ਇਹ ਫਿਲਮ ਚਲਾ ਰਿਹਾ ਵਾ ਕਿ ਉਣਾਣਗੇ ਥੱਲੇ ਜਾਇਜ਼ ਕੈਸ਼ ਨੰਬਰ ਚੱਲ ਰਿਹਾ ਹੈ
ਸਾਰਾ ਸਿਸਟਮ ਯਾਰ ਇਦਾਂ ਦੇ ਬੰਦੇ ਨੇ ਇੱਕ ਆਪਣਾ ਭਰਾ ਵਿੰਗਾ ਜਿਹਾ ਲਿਆਂਦਾ ਹੁੰਦਾ ਆਨ ਈਅਰ ਇੰਜ ਕਰਕੇ ਤੇ ਉਹਦਾ ਨੰਬਰ ਥੱਲੇ ਚਲਾ ਕੇ ਤੇ ਨੰਬਰ ਆਪਣਾ ਹੀ ਹੁੰਦਾ ਵਾ, ਆਪਣੇ ਪੈਸੇ ਅਕਾਊਂਟ 'ਚ ਆਉਂਦੇ ਹੁੰਦੇ, ਇਸ ਕੀ ਹੈਲਪ ਕਰਨੀ ਹੈ ਜੀ, ਦੇਖ ਕੇ ਮੈਂ ਖੁਦ ਸੇ 1,00,000 ਰੁਪਏ ਰੱਖ ਰਹਾ ਹੂੰ, ਉਹਦੇ ਕੋਲ 1,00,000 ਰੁਪਏ ਖੁਦ ਸੇ ਮੈਂ 1,00,000 ਰੁਪਏ ਰੱਖ ਰਹਾ ਹੂੰ, ਇਹ ਕੈਮਰਾ ਬੰਦ 1,00,000 ਆਪਣੀ ਸੀ, ਉਹ ਜਿਹੜਾ ਸਹੀ ਉੱਠ ਕੇ ਉੱਚੇ ਭਾਜੀ ਕੈਸ ਚੈਕਟਿੰਗ ਕੀਤੀ। ਅੱਛਾ ਸਭ ਤੋਂ ਪਹਿਲਾਂ ਤਾਂ ਮੇਰਾ ਵਿੰਗਾ ਜਿਹਾ ਭਾਈ ਕੋਈ ਨਹੀਂ ਹੈਗਾ, ਪਤਾ ਕੀ ਗੱਲ ਇਹਦਾ ਵਾਹ ਕੋਈ ਨਹੀਂ, 6-7 ਲੱਭ ਜਾ ਤੈਨੂੰ ਕਰ ਦਿੰਦੇ ਆ ਫਿਰ ਤੇਰੇ ਭਰਾਵਾਂ ਦਾ ਇੱਕੋ ਜਾਏਗਾ। ਆਹੋ ਅੱਛਾ ਮੈਂ ਵੈਸੇ ਗੱਲ ਤੁਹਾਨੂੰ ਦੱਸਣ ਡਿਆ ਸੀ ਕਿ ਪਿਚੀਦਗੀ ਹਾਲਾਤ ਦੀ ਹੈ ਵਾ ਕਿ ਭਾਵੇਂ ਨਾ ਮੈਂ ਕੱਲ੍ਹ ਵੇਖ ਕੇ ਮੇਰਾ ਦਿਲ ਜਿਹਾ ਨਾ ਐਵੇਂ ਭਰ ਜਿਆ ਗਿਆ ਦਾਣੇ 'ਚ, ਮੈਂ ਐਵੇਂ ਜਿੱਥੋਂ ਦਫ਼ਤਰੋਂ ਨਿਕਲਿਆ ਅਤੇ ਮੈਂ ਕਿਹਾ ਯਾਰ ਭੁੱਖ ਲੱਗੀ ਬੜੀ, ਮੈਂ ਕਿਹਾ ਯਾਰ ਚਲੋ ਇੱਦਾਂ ਜਾਂਦੇ ਜਾਂਦੇ ਆਪਾਂ ਨਾ ਕਿਤੋਂ ਕੁਛ ਖਾਂਦੇ, ਅਤੇ ਮੈਂ ਨਾ ਐਵੇਂ KFC ਖਾਣ ਨੂੰ ਕੋਈ ਦਿਲ ਕੀਤਾ ਨਾ, KFC ਵਾਲੇ ਲਾਉਣ ਲੱਗ ਪਏ ਟਿੱਕੀਆਂ ਦੇਖਿਆ ਜੇ ਫਰੀਦ ਬਸ਼ਰਤ ਨਾ ਟਿੱਕੀ ਵਾਲੇ ਕੋਲ ਤੂੰ ਚੀਕ ਮਾਰ ਕੇ ਬਰੇਕ ਗੱਡੀ ਰੋਕਦਾ, ਗੱਡੀ ਜਾਮ ਹੀ ਹੋ ਜਾਂਦੀ, ਗੱਡੀ ਆ ਵੀ ਨਹੀਂ ਕੇ ਜਾਂਦੀ ਵੀ ਬਸ਼ਰਤ ਆ ਗਿਆ, ਬਸ਼ਰਤ ਆ ਗਿਆ, ਬਸ਼ਰਤ ਆ ਗਿਆ, ਬਸ਼ਰਤ ਆ ਗਿਆ ਕਿ ਫਰੀਦ ਆ ਗਿਆ, ਫਰੀਦ ਆ ਗਿਆ, ਬਸ਼ਰਤ ਆ ਗਿਆ ਗੱਡੀ ਕਹਿੰਦੀ ਹੈ ਨਾ। ਅੱਛਾ ਇਸ ਗੱਲੋਂ ਮਿੱਠਾ ਜੀ ਤੁਹਾਡੇ ਇਲਾਕੇ 'ਚ ਸੂਈ ਗੈਸ ਨਹੀਂ ਆਇਆ ਕਿ ਤੁਸੀਂ ਅਫਸਰ ਬੰਦੇ ਦੀ ਇੱਜ਼ਤ ਨਹੀਂ ਕਰਦੇ? ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਰਿਲਾਈਜ਼ ਕਰੋ ਕਿ ਜਦੋਂ ਵੀ ਤੁਹਾਡੇ ਕੋਲ ਅਫਸਰ ਬੰਦਾ ਬਹਿ ਜਾਵੇ ਉਹਦੀ ਰਿਸਪੈਕਟ ਕਰਨੀ, ਨਹੀਂ ਤਾਂ ਪਤਾ ਕੀ ਬਾਅਦ 'ਚ ਮਾਮਲੇ ਖਰਾਬ ਹੁੰਦੇ, ਬਟ ਬੱਚੇ ਤੁਹਾਡੇ ਖੰਡੇ ਨੇ ਕਿੰਨਾ ਨੇ ਉਹਨਾਂ ਬੁੱਲ ਮੇਲਣੇ, ਐਵੇਂ ਮਸਲੇ ਬਣ ਜਾਂਦੇ। ਮਸਲਾ ਇਹ ਵਾ ਕਿ ਮਿੱਠਾ ਜੀ ਮੈਂ ਚਾਹੁੰਦਾ ਵਾ ਤੁਹਾਨੂੰ ਮੈਂ ਦੱਸਾਂ ਕੱਲ੍ਹ ਸਟੋਰੀ ਕੀ ਹੋਈ ਭਾਈ ਜਾਨ, ਕੱਲ੍ਹ ਮੈਂ KFC ਵਾਲਿਆਂ ਨਾਲ ਚਲਾ ਗਿਆ ਘਰ ਉਹਨਾਂ ਦੇ, ਨਹੀਂ ਨਹੀਂ ਕਹਿ ਰਹੇ KFC ਵਾਲੇ, KFC ਤੋਂ ਮੈਂ ਕਿਹਾ ਯਾਰ ਕੁਛ ਖਾਵਾਂ ਭਾਜੀ, ਮੈਂ ਨਾ ਖਾਧੇ ਛਿੱਤਰ, ਮੈਂ ਆਪਣੇ KFC ਅੰਦਰ ਬਹਿ ਕੇ ਆਪਣਾ ਡੱਬਾ ਖੋਲ ਕੇ ਬਹਿ ਗਿਆ, ਆਂਡਾ ਟਿੱਕੀ ਕੱਢ ਕੇ ਲੈ ਕੇ ਆਉ, ਪਾਣੀ ਲੈ ਕੇ ਆਉ, ਪਹਿਲਾਂ ਤਾਂ ਐਵੇਂ ਪਲਾਸ ਡੱਬੇ ਨੂੰ ਪਾ ਕੇ ਕਹਿੰਦਾ ਜ਼ਰਾ ਗਰਮ ਕਰਦਾ, ਉਹਨਾਂ ਕੋਈ ਸਿਲੰਡਰ ਬਾਹਰ ਕਢਾਇਆ, ਪਲਾਸ ਡੱਬੇ ਨੂੰ ਪਲਾਸ ਸਿਲੰਡਰ ਗਰਮ। ਅੱਛਾ ਤੁਸੀਂ ਇਸ ਗੱਲ ਦੀ ਗਹਿਰਾਈ ਨੂੰ ਸਮਝੋ, ਜਿਹੜੇ ਸਾਡੇ ਵਰਗੇ ਮਾੜੇ ਤੇ ਉਹ ਭਾਜੀ ਜਿਨ੍ਹਾਂ ਨੇ ਸਟੋਵ ਤੇ ਜਾਂ ਕਿਤੇ ਕੋਈ ਸਾਲਣ ਜਾਂ ਚੁੱਲ੍ਹਾ ਹੁੰਦਾ ਸੀ ਪਾਥੀਆਂ ਵਾਲਾ, ਉਹਦੇ ਤੇ ਗਰਮ ਕਰਨ ਲਈ ਨਾ ਪਲਾਸ ਪਾ ਕੇ ਨਾ ਪੌਲੇ ਨੂੰ ਤੇ ਉਹ ਵਿੱਚ ਰੱਖਣਾ ਤਾਂ ਕਿ ਹੱਥ ਨਾ ਸੜੇ, ਤੇ ਉਹਨੂੰ ਕੱਢਣਾ ਵੀ ਪਲਾਸ ਪਾ ਕੇ। ਅੱਛਾ ਉਹ ਭਾਜੀ ਮੈਂ KFC ਤੇ ਗਿਆ, ਜਿਹੜੀ ਮੈਂ ਨਾ ਆਪਣਾ 125 ਨਹੀਂ ਚਲਾਈ ਲਈ 19 ਮਾਡਲ ਜਿਹੜੀ 57-85 ਜਿਹੜੀ ਲਾਲ ਰੰਗ ਦੀ ਟੈਂਕੀ ਟਾਪੇ ਤੇ ਉਹ ਗੱਡੀ ਟਾਇਰ ਨਵੇਂ ਪਵਾਏ, ਉਸ ਗੱਡੀ ਤੇ ਨਾ ਬੈਠਾ ਤੇ ਮੈਂ ਭਾਜੀ ਨਿਕਲ ਗਿਆ ਉੱਧਰ। ਬੱਚੇ ਦੀ ਗੱਲ ਦੱਸਣ ਡਿਆ ਕਿ ਮੈਂ ਨਾ ਉੱਥੇ ਇੱਕ ਬੱਚਾ ਵੇਖਿਆ ਮੋਟਰਸਾਈਕਲ ਤੇ ਸੀ ਤੂੰ, ਮੈਂ ਮੋਟਰਸਾਈਕਲ ਤੇ ਮੈਂ KFC ਦੇ ਅੱਗੇ ਗੱਡੀ ਲਾਈ ਆ ਤੇ ਇੱਕ ਬੱਚਾ ਆਇਆ ਤੇ ਮੈਂ ਆਪਣੀ ਗੱਡੀ ਲਾ ਕੇ ਨਾ ਜਿਹੜੀ ਗੱਡੀ ਨਵੀਂ ਨੀ ਲਈ ਮੈਂ 19 ਮਾਡਲ ਜਿਹੜੀ 57-85 ਲਾਲ ਰੰਗ ਦੀ ਟੈਂਕੀ ਵਾਲੀ ਨਵੇਂ ਟੈਟੂ ਪਾਏ 125 ਉਹ 125 ਉਹ ਨਾ ਭਾਜੀ ਮੈਂ ਲਾ ਕੇ ਨਾ ਤੇ ਮੈਂ ਬੱਚੇ ਨੂੰ ਪੁੱਛਿਆ, ਮੈਂ ਕਿਹਾ ਬੇਟਾ ਕੀ ਗੱਲ ਆ ਪਰੇਸ਼ਾਨ ਆ, ਤੇ ਉਹ ਪੈਨਸਲਾਂ ਵੇਚਦਾ ਪਿਆ ਤੇ ਰੋਣ ਡਿਆ, ਮੈਂ ਕਿਹਾ ਬੇਟਾ ਕੀ ਗੱਲ, ਕਹਿੰਦਾ ਯਾਰ ਭਾਜੀ ਤੁਹਾਨੂੰ ਕੀ ਦੱਸਾਂ, ਅੱਬੂ ਮੇਰੇ ਜਿਹੜੇ ਨੇ ਨਾ ਉਹ ਕਿਤੇ ਗੋਹ ਤੋਂ ਡਿੱਗੇ ਮਿਸਤਰੀ ਸਨ ਤੇ ਉਹ ਵਿਚਾਰੇ ਘਰ ਨਾ ਮਰੀਜ਼ ਪਏ ਨੇ, ਰੈਡੀ ਗੋਹ ਤੋਂ ਡਿੱਗੇ, ਯਾਰ ਹੈਡ ਨਹੀਂ ਜਿਹੜਾ ਦੇਈਦਾ ਗੋ ਟੂ ਗੋ, ਉਹ ਨਹੀਂ ਗੋ ਜ਼ਰਾ ਸੀ ਬਾਤ ਪੇ ਤੋਂ, ਉਹ ਨਾ ਮੈਂ ਇੱਦਾਂ ਬੈਠਾ ਮੈਂ ਆਪਣੀ ਜਿਹੜੀ ਨਵੀਂ 125 ਨਹੀਂ ਲਈ 57-85 ਜਿਹੜੀ 19 ਮਾਡਲ ਹੈਗੀ ਹੈ ਨਵੇਂ ਟਾਇਰ ਟੂਬ ਲਾਲ ਰੰਗ ਦੀ ਟੈਂਕੀ ਵਾਲੀ ਉਹਦੇ ਤੇ ਬੈਠਾ ਲਾਹੌਰੋਂ ਲਈ, ਹਾਂ ਕਜ਼ਨ ਨੂੰ ਗੱਲ ਸੁਣਾ ਕੇ, ਹਾਂ ਉਹ ਭਾਜੀ ਮੈਂ ਭਾਜੀ ਇੱਦਾਂ ਹੀ ਬੈਠਾ ਬੈਠਾ ਮੇਰਾ ਦਿਲ ਜਿਹਾ ਭਰ ਆਇਆ ਮਿੱਠੇ ਬੱਚੇ ਵੱਲ ਦੇਖ ਕੇ, ਮੈਂ ਕਿਹਾ ਯਾਰ ਕੈਸੀ ਗੱਲ ਆ, ਇਸ ਬੱਚੇ ਦੀ ਕਿਸਮਤ ਇੱਦਾਂ ਲਿਖੀ ਸੀ ਕਿ ਇਹਨੇ ਵਿਚਾਰੇ ਨੇ ਇੰਨੀ ਮਿਹਨਤ ਮਜ਼ਦੂਰੀ ਕਰਨੀ ਇੱਥੇ ਆ ਕੇ ਬਾਪ ਵਿਚਾਰਾ ਬਿਮਾਰ ਹੋ ਗਿਆ,
ਮੈਂ ਖੈਰ ਸਟੈਂਡ ਛੋਟੇ ਤੇ ਲਾਈ ਗੱਡੀ ਜਿਹੜੀ 125 ਨੀ ਲਈ 19 ਮਾਡਲ ਜਿਹੜੀ ਲਾਲ ਟੈਂਕੀ ਵਾਲੀ ਜਿਹੜੀ ਇਸ ਤਰ੍ਹਾਂ ਜਪ ਚਾਸੀ 125 ਜਿਹੜੀ ਨਵੇਂ ਟੈਟੂ ਪਾਏ ਉਹ ਨਾ ਮੈਂ ਯਾਰ ਜਿਹੜੀ ਤੁਸੀਂ 52-85 ਲਈ ਹੈ ਲਾਲ ਟੈਂਕੀ ਟਾਪਿਆਂ ਵਾਲੀ 125 ਲੋਰੋਂ 52-85 ਨਕਦਾਂ ਚ ਲਈ ਕਿ ਕਿਸ਼ਤਾਂ ਚ ਲਈ? ਮੈਂ ਬੱਚੇ ਦੀ ਗੱਲ ਦੱਸ ਲਾ ਵਿੱਚ ਬੱਚੇ ਤੋਂ ਜ਼ਿਆਦਾ ਤੇ 125 ਤੂੰ ਨੇ ਉਹ ਭਾਜੀ 125 ਦੀ ਗੱਲ ਬਾਤ ਦੀ ਆ ਮੈਂ ਤੇ ਬੱਚੇ ਦੀ ਸਟੋਰੀ ਦੱਸਣ ਡਿਆ ਕਿ ਤੂੰ ਓਪਨ ਸਟੋਰੀ ਸੁਣਾ ਸਟੋਰੀ ਨੇ ਕਲੀ 125 ਤੂੰ ਸੁਣਾਉਣਾ ਚਾਹੁੰਦਾ ਵਾ ਬੱਚਾ ਤੂੰ ਵਿੱਚ ਐਵੇਂ 125 ਦਾ ਕਰਕੇ ਪਾਇਆ ਬੱਚਾ ਨਾਲ ਮਿਲਿਆ ਕਿਤੇ 125 ਦੇ ਦਰਦ ਨੀ ਨਾ ਦੁੱਖ ਨੀ ਹੈ ਇਹਨਾਂ ਲੋਕਾਂ ਦੇ ਦਿਲ ਚ ਉੱਤੋਂ ਨਗਾ ਦੇ ਤੂੰ ਬੱਚੇ ਦੇ ਤੈਨੂੰ ਦਰਦ ਨੀ ਆਇਆ ਤੂੰ ਕਦੀ ਬੱਚੇ ਦੇ ਅੱਗੇ ਲਾ ਲੈਣਾ ਕਦੀ ਪਿੱਛੇ ਲਾ ਲੈਣਾ ਬੱਚਾ 82-90 ਪਤਾ ਨੂੰ ਕੀ ਕਹੀ ਇਹਨਾਂ 52-60 ਲੈਣ ਲਾਲ ਟੈਂਕੀ ਟਾਪੇ ਬੱਚੇ ਨੂੰ ਸੁਣਾ ਤੂੰ ਦਿਲ ਹੀ ਨੀ ਭਰਿਆ ਇਹਨੇ ਜੇਬ ਵੀ ਭਰ ਲਈ ਸੀ ਉਹਦੀਆਂ ਸਾਰੀਆਂ ਪਿੰਸਲਾਂ ਖੋ ਕੇ ਵਿਚਾਰੇ ਦੀਆਂ ਮੈਂ ਨਾ ਰੋਜ਼ ਸੋਚਿਆ ਦਾਨਿਸ਼ ਮੈਂ ਕਿਹਾ ਯਾਰ ਰੋਟੀ ਬਾਅਦ ਚ ਖਾਂਦੇ ਆ ਕੋਈ ਬਰਗਰ ਬੁਰਗਰ ਪੀਜ਼ਾ ਪੂਜ਼ਾ ਖਾਣਾ ਆ ਜਾ ਕੇ ਮੈਂ ਕਿਹਾ ਬਾਅਦ ਚ ਖਾ ਲੈਣਾ ਮੈਂ ਬੱਚੇ ਨੂੰ ਬਿਠਾਇਆ ਤੈਨੂੰ ਕਦੀ ਤਕਲੀਫ ਹੋਣ ਦੀ ਇੰਨੀ ਵਾਰੀ ਤਾਂ ਉਮਰ ਦੇ ਟਿਕਟ ਵਾਲਿਆਂ ਦੱਸਦਾ ਮੈਨੂੰ ਉਮਰਾਂ ਨਿਕਲ ਆਇਆ ਤੂੰ ਕਾਰ ਲੈ ਲਈ ਤੂੰ ਤਾਂ ਸਾਡੇ ਇੱਥੇ ਪਿਸਤੌਲ ਲਾ ਲਾ ਕੇ ਗੱਲਾਂ ਕਰਦੀਆਂ ਤੂੰ ਤਾਂ ਫਿਰ ਤੂੰ ਤਾਂ ਸਾਰੇ ਚੈਨਲਾਂ ਤੇ ਕਾਰ ਚਲਾ ਦੇਗਾ ਆਪਣੀ ਬੱਚਾ ਪਰੇਸ਼ਾਨ ਹੈਗਾ ਸੀ ਮੈਂ ਅਸੀਂ ਵੀ ਪਰੇਸ਼ਾਨ ਆ ਬੱਚੇ ਨੇ ਹੋਣਾ ਹੀ ਆ ਉਹ ਮੈਂ ਉਹਨੂੰ ਬਿਠਾਇਆ ਭਾਜੀ ਮੋਟਰਸਾਈਕਲ ਤੇ ਜਿਹੜੀ ਆਪਣੀ 125 ਲਈ 19 ਮਾਡਲ ਜਿਹੜੀ ਲਾਲ ਰੰਗ ਦੀ ਟੈਂਕੀ ਟਾਇਰ ਨਵੇਂ ਟੈਟੂ ਪਵਾਏ ਉਹਨੇ ਜਪ ਚਾਸੀ ਤੇ ਮੈਂ ਲੈ ਕੇ ਨਾ ਭਾਜੀ ਇੱਧਰ ਨੂੰ ਨਾ ਡੀ ਗਰਾਊਂਡ ਗੇਟਾਂ ਵਾਲੇ ਨੂੰ ਚਲੇ ਗਿਆ ਦਾਨਿਸ਼ ਭਾਈ ਇੱਕ ਦਿਨ ਹੈ ਨਾ ਮਿੱਠੇ ਇਹਨੇ ਪਾਗਲ ਹੋ ਜਾਣਾ ਹੱਸ ਹੱਸ ਕੇ ਇਹਨੇ ਖੰਭਿਆਂ ਨੂੰ ਜੱਫੀਆਂ ਪਾਣੀਆਂ ਤੇ ਕਹਿੰਦਾ ਮੇਰੀ 57-85 ਆਏਗੀ ਲਾਲ ਟੈਂਕੀ ਟਾਪਿਆਂ ਵਾਲੀ ਲੋਰ ਲਈ 125 ਇਹਨੇ ਨਾ ਵੱਡਾ ਜਿਹਾ ਤਵੀਤ ਤੇ ਬੱਚਿਆਂ ਵਾਲੀ ਬਿਬ ਤੇ ਬੱਚਿਆਂ ਵਾਲੀ ਜਲੇਬੀ ਨੇ ਤਿੰਨੇ ਚੀਜ਼ਾਂ ਲਮਕਾ ਕੇ ਨਾ ਧੁਨੀ ਤੱਕ ਤੇ ਲੋਕਾਂ ਨੂੰ ਇੱਥੇ ਮੇਰੇ 125 ਕਿਹੜਾ ਜੋ ਵੀ ਹੈ ਏਦਾਂ ਮੈਂ ਨੀ ਕਰਾਂਗਾ ਯਾਰ ਤੂੰ ਹੁਣ ਦੱਸ 57-85 ਕਾ ਚ ਪਤਾ ਨਹੀਂ ਸਾਨੂੰ ਤੁਸੀਂ ਜਾਣਦੇ ਓ ਯਾਰ ਮੈਂ ਬੱਚੇ ਦੀ ਗੱਲ ਦੱਸਣਾ ਵੀ ਬੱਚਾ ਮੈਂ ਬਿਠਾਇਆ ਮੈਂ ਲੈ ਕੇ ਆ ਗਿਆ ਮੈਂ ਇਸ਼ਾਰੇ ਤੇ ਖਿਲਾਰੀ ਉਹ ਗੱਡੀ ਜਦੋਂ ਤੇ ਮੇਰਾ ਮੈਂ ਬੱਚੇ ਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਆ ਤੂੰ ਬੱਚੇ ਦਾ ਪੁੱਛ ਸਾਰਾ ਕੁਝ 125 ਨੂੰ ਪੁੱਛ ਨਹੀਂ ਨਹੀਂ ਉਹ ਬੱਚਾ ਰੋਣ ਲੱਗ ਪਿਆ ਮੈਂ ਕਿਹਾ ਕੀ ਗੱਲ ਆ ਬੇਟਾ ਕਹਿੰਦਾ ਯਾਰ ਮੇਰੇ ਅੱਬੂ ਦੀ ਤਬੀਅਤ ਬੜੀ ਖਰਾਬ ਆ ਮੈਂ ਨਾ ਭਾਜੀ ਇਹ ਸੋਚਣ ਡਿਆ ਕਿ ਮੈਂ ਪੜ੍ਹ ਲਿਖ ਜਾਂਦਾ ਨਾ ਤੇ ਮੈਂ ਕੁਛ ਬਣ ਜਾਂਦਾ ਤੇ ਚਲੋ ਯਾਰ ਕੋਈ ਮੇਰਾ ਕੋਈ ਹਿਸਾਬ ਕਿਤਾਬ ਮੈਂ ਕਿਹਾ ਯਾਰ ਮੈਂ ਇੱਦਾਂ ਕਰਕੇ ਮੋੜੀ ਆ ਯੂਟਰਨ ਤੋਂ ਵਾਪਸ ਆਪਣੀ ਜਿਹੜੀ ਬੱਚੇ ਨੂੰ ਕਿਹਾ ਪੜ੍ਹਨਾ ਵਾ ਇਹਦੇ ਦਿਲ ਨੂੰ ਹੱਥ ਪਿਆ ਇਹਨੇ ਦੇ ਕਰਕੇ ਬੱਚੇ ਨੂੰ ਕੋਲ ਬਿਠਾਇਆ ਕਹਿੰਦਾ 125 ਦਾ ਨੰਬਰ ਪੜ੍ਹ ਉਹ ਬੱਚੇ ਨੰਬਰ ਪੜ੍ਹਿਆ ਕਹਿੰਦਾ ਜਾ ਤੂੰ ਪੜ੍ਹ ਗਿਆ ਨਿਕਲ ਜਾ ਮੈਂ ਭਾਜੀ ਬੱਚੇ ਨੂੰ ਪੁੱਛਿਆ ਮੈਂ ਕਿਹਾ ਇਸ ਤੋਂ ਇਲਾਵਾ ਤਾਂ ਕੋਈ ਦੁੱਖ ਨੀ ਕਹਿੰਦਾ ਨਹੀਂ ਭਾਜੀ ਕੋਈ ਦੁੱਖ ਨੀ ਹੈਗਾ ਬੱਚੇ ਨੇ ਜਦੋਂ ਕਿਹਾ ਨਾ ਮੈਂ ਪੜ੍ਹਨਾ ਚਾਹੁੰਦਾ ਇਹਨੇ ਕੱਢਿਆ ਜੇਬ ਚੋਂ ਆਪਣੀ ਮਸ਼ੂਕ ਦਾ ਲੈਟਰ ਉਹਨੂੰ ਕਹਿੰਦਾ ਪੜ੍ਹ ਕੇ ਸੁਣਾ ਮੈਨੂੰ ਤੇ ਬੱਚਾ ਕਹਿੰਦਾ ਮੈਂ ਨੀ ਪੜ੍ਹ ਸਕਦਾ ਕੋਈ ਬਹੁਤ ਹੈਵੀ ਲੈਟਰ ਦਾ ਕੋਈ ਬਹੁਤ ਵੱਡਿਆਂ ਦੇ ਪੜ੍ਹਨ ਵਾਲਾ ਵਾ ਉਹ ਭਾਜੀ ਮੈਂ ਯੂਟਰ ਲਿਆ ਯੂਟਰ ਲੈ ਕੇ ਸਭ ਤੋਂ ਪਹਿਲਾਂ ਮੈਂ ਬੁੱਕ ਡਿਪੂ ਤੇ ਗਿਆ ਮੈਂ ਕਿਹਾ ਮੈਂ ਬੁੱਕ ਡਿਪੂ ਤੋਂ ਜਾ ਕੇ ਇਹਨਾਂ ਨੂੰ ਕਿਤਾਬਾਂ ਕਦੂਮਾਂ ਲੈ ਕੇ ਦਿੰਦਾ ਮੈਂ ਬਾਹਰ ਨਾ ਗੱਡੀ ਲਾਈ ਹੈ ਜਿਹੜੀ ਨਵੀਂ 125 ਲਈ 19 ਮਾਡਲ ਜਪ ਚਾਸੀ ਲਾਲ ਰੰਗ ਦੀ ਟੈਂਕੀ ਲਈ ਨਵੇਂ ਟੈਟੂ ਪਵਾਏ ਨਾ ਤੇ ਉਹ ਨਾ ਮੈਂ ਭਾਜੀ ਇਹਦੇ ਕਿਤੇ ਬੈਨਰ ਚ ਪਾ ਲਾ ਇਹਦੇ ਨਾਲ ਕਿਤੇ ਪੱਟੀ ਚਲਾ ਪੱਟੀ ਚਲਾ ਦੇ ਜੀ ਟੀ ਐਸ ਬੋਰਡ ਨੀ ਸੀ ਲੱਗਾ ਬੜਾ ਵੱਡਾ ਜਿਹਾ ਕੋਕ ਵਾਲਿਆਂ ਦਾ ਉੱਥੇ ਲਿਖਾ ਦੇ ਉਹ 85-57 ਕੀ ਹੈ ਉੱਥੇ ਲਿਖਾ ਦੇ ਕੇ ਮੈਂ 125 ਲੈ ਲਿਆ ਜੀ ਐਚ ਕਿਊ ਆਰ ਕੋਡ ਬਣਾ ਲਾ ਐਂ ਕਰਕੇ ਨਿਕਲਿਆ ਕਰੇ ਤੇ ਉੱਤੇ ਆ ਜਾ ਕਰ 57-85 ਮੇਰਾ ਲਾਲ ਟੈਂਕੀ ਟਾਪੇ ਤੇ ਮੇਰਾ ਟੈਟੂ ਨਵੇਂ ਆ ਸਾਰਾ ਆ ਜਵੇ ਉੱਪਰ ਉਹ ਮੈਚਾਂ ਤੇ ਨਹੀਂ ਸਕਰੀਨ ਅੱਗੇ ਪਿੱਛੇ ਕਰਦੇ ਜੇ ਤੇ ਵਿਲਸ ਕਿੰਗ ਦੀ ਮਸ਼ਹੂਰੀ ਹੁੰਦੀ ਉੱਤੇ ਲਿਖਵਾ ਦੇ ਨਹੀਂ ਨਹੀਂ ਉਹਦੀ ਗੱਲ ਨਹੀਂ ਮੈਂ ਤਾਂ ਬੱਚੇ ਦੀ ਸਟੋਰੀ ਦੱਸਣ ਡਿਆ ਵਾ ਤੁਹਾਨੂੰ ਕਿਉਂ 125 ਵੀ ਵਿੱਚ ਆਪ ਹੀ ਤੁਸੀਂ ਵਿੱਚ ਪਾਈ ਜਾਣ ਡਿਓ ਮੈਂ ਤੇ ਉਹ ਬੱਚੇ ਦੇ ਦੱਸਣ ਡਿਆ ਵੀ ਮੈਂ ਬੱਚਾ ਜਦੋਂ ਯਾਰ ਮਸ਼ਹੂਰੀਆਂ ਬਣਾ ਜਿੱਦਾਂ ਮੁਗਲ ਦਾ ਲੋਇਰ ਸੀ
ਕਾਟੂ ਜਾ ਕੇ ਫਰੀ ਤਾਂ ਬਾਂਟੂਗਾ ਬਲਕਿ ਤੂੰ ਉਹਨਾਂ ਇਸ਼ਤਿਹਾਰ ਏਦਾਂ ਇਹਦੀ ਕਰ ਮਸ਼ਹੂਰੀ ਕਿ ਖਬਰਨਾਮੇ ਤੋਂ ਪਹਿਲੇ ਨਹੀਂ ਕਹਿੰਦੇ ਕਿ ਇਹ ਓਰੀਐਂਟ ਨੇ ਤਾਵਨ ਕੀਆ, ਉੱਥੇ ਆਵੇ ਤੇਰਾ 57-85 ਫਰੀਦ ਦੇ 1-2-5 ਦੇ ਤਾਵਨ ਮਿਲ। ਨਹੀਂ ਨਹੀਂ ਏਦਾਂ ਦੇ ਫਿੱਕੇ ਜੇ ਕਰੈਕਟਰ ਨੇ ਆਪਣੇ 1-2-5 ਦੀ ਮਸ਼ਹੂਰੀ ਕਰਨੀ, ਐਵੇਂ ਹੀ ਚੱਲਦੀ ਕਵਾਲੀ ਨੂੰ ਕਵਾ ਕੇ ਕਵਾ ਲੁਕਣੇ ਮੇਰਾ 1-2-5 ਲੱਭਣ ਡਿਆ, ਉਹਨੇ ਕਹਿ ਦੇਣਾ ਇਹ 57-71 ਜੀ ਲਾਲ ਟੈਂਕੀ ਟੈਪੇ ਪੂਰਾ ਨਵਾਂ ਟੈਟੂ ਪਾਇਆ ਲੱਭਣ ਹੀ ਡਿਆ, ਉਹ ਤੋਂ ਪਿੱਛੇ ਖਲੋਤਾ ਹੁੰਦਾ ਜਿਵੇਂ ਮਸ਼ਹੂਰੀ ਹੋ ਜਾਵੇ ਕੋਈ ਲੋਕਾਂ ਨੂੰ ਪਤਾ ਲੱਗ ਜਾਵੇ। ਅਸਲ 'ਚ ਤੁਹਾਨੂੰ ਦੁੱਖ ਹੈਗੀ ਮਿੱਠਾ ਜੀ ਅੰਦਰੋਂ ਤਕਲੀਫ ਆ, ਇਸ਼ਾਰੇ 'ਤੇ ਮੈਂ ਮੋਟਰਸਾਈਕਲ ਰੋਕੀ, ਉਹ ਪਰਚੀਆਂ ਨਹੀਂ ਕਿ ਮਾਲੀਆਂ ਵੰਡਦੇ ਹੁੰਦੇ ਉੱਦਾਂ ਇਹਦੇ ਉਹ ਟਰਾਂਸਫਰ ਲੈਟਰ ਦੀਆਂ ਕਾਪੀਆਂ ਵੰਡਣ ਦੇ। ਉਹ ਭਾਅ ਜੀ ਮੈਂ ਬੁੱਕ ਡੀਪੂ 'ਤੇ ਜਾ ਕੇ ਮੈਂ ਬੱਚੇ ਨੂੰ ਕਿਹਾ ਬੇਟਾ ਮੈਂ ਕਿਹਾ ਲੈ ਲੈ ਇੱਥੋਂ ਕਿਹੜੀ ਕਿਹੜੀ ਚੀਜ਼ ਚਾਹੀਦੀ, ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਜਿੰਨਾ ਬਿੱਲ ਬਣਦਾ ਨਾ ਬਿੱਲ ਬਣਾ ਬੱਚੇ ਨੂੰ ਪਾ ਦੀ ਹੈ ਬੱਚੇ ਨੂੰ ਪਾ ਦੇ, ਬੱਚਾ ਕਹਿੰਦਾ ਨਹੀਂ ਭਾਅ ਜੀ ਮੇਰੇ ਇੱਕ ਜੰਤਰੀ ਲੈ ਦਿਓ ਬਸ। ਇਹਦੀ ਨਜ਼ਰ ਕਮਜ਼ੋਰ ਸੀਗੀ, ਬੁੱਕ ਡੀਪੂ ਸਮਝਦਾ ਰਿਹਾ ਪਾਨਾ ਸਿਗਟਾਂ ਵਾਲੀ ਦੁਕਾਨ 'ਤੇ ਖਿਲਾਰ ਕੇ ਇਹਨੂੰ ਕਹਿ ਰਿਹਾ ਲੈ ਲਾ ਜੋ ਲੈਣਾ, ਅਤੇ ਬੱਚਾ ਵੀ ਕਹਿੰਦਾ ਕਿ ਡੈਬਿਟ ਆਫ ਕਰ ਦਿਓ। ਉਹ ਭਾਅ ਜੀ ਮੈਂ ਬੱਚੇ ਨੂੰ ਕਿਹਾ ਮੈਂ ਕਿਹਾ ਭਾਅ ਜੀ ਜਿਹੜੀ ਤੇਰੀ ਦਿਲ ਕਰਦੀ ਨਾ ਬੇਟਾ ਤੂੰ ਉਹ ਸ਼ੈਲ ਲੈ ਗਿਆ ਨਾ, ਤੇ ਤੂੰ ਬਾਹਰ ਆ ਜਾ, ਮੈਂ ਬਾਹਰ ਬੈਠਾ ਵਾ ਜਿਹੜੀ ਨਵੀਂ ਗੱਡੀ ਲਈ ਨਾ 1-2-5 ਨਵੀਂ ਮਾਡਲ 57-85 ਲਾਲ ਰੰਗ ਦੀ ਟੈਂਕੀ ਲਈ ਟੈਟੂ ਨਵੇਂ ਪਵਾਏ ਉਹਦੇ 'ਤੇ ਮੈਂ ਬੈਠਾ ਭਾਅ ਜੀ, ਅਤੇ ਮੈਂ ਨਾ ਬੱਚੇ ਨੂੰ ਮੈਂ ਕਿਹਾ ਤੂੰ ਆ ਜਾਈ, ਉਹਨੂੰ ਭਾਈ ਖੈਰ ਮੈਂ ਉਹਨੇ ਲੈ ਲਈਆਂ ਚੀਜ਼ਾਂ ਲੈ ਕੇ ਨਾ ਚੀਜ਼ਾਂ, ਅਤੇ ਉਹ ਬਾਹਰ ਆਇਆ ਅਤੇ ਉਹਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਅ ਜੀ ਕਿੰਨਾ ਬਿੱਲ ਹੋਇਆ, ਮੈਂ ਕਾਰਡ ਦਿੱਤਾ, ਤੈਨੂੰ ਪਤਾ ਕਾਰਡ ਮੈਂ ਜ਼ਿਆਦਾ ਕਾਰਡ ਯੂਜ਼ ਕਰਨਾ, ਤੇਰੇ ਕੋਲ ਹਾਈ ਕਾਰਡ ਆ, ਸਾਸ ਕਾਰਡ ਤੇਰੇ ਕੋਲ, ਮੇਜਰ ਕਾਰਡ ਤੇਰੇ ਕੋਲ, ਰਾਸ਼ਨ ਕਾਰਡ ਤੇਰੇ ਕੋਲ, ਤੇਰੇ ਬਣੇ ਕਾਰਡ, ਸਿਹਤ ਕਾਰਡ ਤੇਰੇ ਕੋਲ, ਸਾਰੇ ਕਾਰਡ ਤੇ ਜ਼ਿੰਦਗੀ ਕੱਢਣੀ। ਅੱਛਾ ਕਾਰਡ ਇਹਦਾ ਤੇ ਉਹ ਵੀ ਬੜਾ ਮਸ਼ਹੂਰ ਆ ਜਿਹੜਾ ਬੱਸਾਂ 'ਚ ਵੰਡ ਕੇ ਨਹੀਂ ਬਾਅਦ 'ਚੋਂ ਮੰਗਦੇ, ਉਹ ਕਾਰਡ ਬੜਾ ਮਸ਼ਹੂਰ ਆ। ਅੱਛਾ ਮੈਂ ਕਾਰਡ ਰੱਖ ਕੇ ਕੁੜੀ ਉਹ ਫਾਲੋ ਕਰ ਦਿੰਦਾ ਹਨਾ, ਤੂੰ ਉਹ ਕਾਰਡ ਵੀ ਰੱਖ ਲੈਂਦਾ ਜਿਹੜਾ ਮਿਊਜ਼ੀਸ਼ੀਅਨ ਨਹੀਂ ਰੱਖਦਾ। ਭਰਾਵਾ ਇਹਦੇ ਕਾਰਡ ਦੁਬਈ ਤੱਕ ਡਿੱਗੇ ਦੇਖੇ ਮੈਂ, ਓਏ ਲੱਖ ਲਾਣਾ ਤੇਰਾ। ਉਹ ਭਾਈ ਮੈਂ ਕਾਰਡ ਦਿੱਤਾ, ਉਹਨੇ ਬਿੱਲ ਕੱਟਿਆ, ਕੱਟ ਕੇ ਨਾ ਮੈਂ ਮੁੰਡੇ ਨੂੰ ਬਿਠਾਇਆ ਜਿਹੜਾ ਆਪਣੀ 1-2-5 ਨਵੀਂ ਲਈ ਨਹੀਂ ਗੱਡੀ ਜਿਹੜੀ 1919 ਮਾਡਲ 57-85 ਲਾ ਰਹੇ ਦੀ ਟੈਂਕੀ ਟੱਕ ਨਵੇਂ ਟੈਟੂ ਪਏ ਉਹਦੇ 'ਤੇ, ਅਤੇ ਤੂੰ ਕਿਤੇ ਭੁੱਲਦਾ ਨਹੀਂ ਇਹ, ਤੈਨੂੰ ਫਿਰ ਪੀਰਾਂ ਦੱਸਿਆ ਵੀ 1.5 ਲੱਖ ਵਾਰੀ ਡੇਲੀ ਕਹਿਣਾ 82-81 ਕੁਛ ਤੂੰ ਜਾ ਕੇ ਲਾਲ ਟੈਂਕੀ ਟੱਕ। ਇਹਨੇ ਤਾਂ ਨਾ ਦਰਾ ਦਫ਼ਤਰ ਜਮ੍ਹਾਂ ਕਰਾਤੀ ਹੈ ਦਰਖਾਸਤ ਕਿ ਮੇਰਾ ਨਾਮ ਤਬਦੀਲ ਕਰੋ, ਮੇਰਾ ਨਾਂ ਗੁਲਾਮ ਫਰੀਦ ਸਾਬਰੀ, ਨਵਾਂ 1-2-5 57-85 ਲਾਲ ਰੰਗ ਦੀ ਟੈਂਕੀ ਟੱਪੇ ਨਵੇਂ ਟੈਟੂ ਪਵਾਏ ਆ ਲੋਰੋ ਲਿਆ ਵਾ। ਅੱਛਾ ਤੁਹਾਡਾ ਸ਼ੁਗਲ ਬਣ ਗਿਆ, ਮੈਂ ਕਿਹਾ ਚਲੋ ਤੁਹਾਡਾ ਸ਼ੁਗਲ, ਇਹ ਤਾਂ ਮੁੰਡੇ ਨੂੰ ਮਿਲੇ ਜਾਂਦੇ ਤੇ ਕਹਿੰਦੇ ਫਰੀ ਦਾ ਮੁੰਡਾ, ਓਹੋ ਤੂੰ 1-2-5 ਦਾ ਮੁੰਡਾ, ਉਹ ਲਾਲ ਟੈਂਕੀ ਟੱਪੇ ਹੈ ਵੱਡਾ, ਮੈਂ ਟੈਟੂ ਪਵਾਇਆ ਦੂਜਾ ਕਰ ਜਾ, ਓਕੇ ਆ ਜਾ, ਹਾਜ਼ਰੀ ਵੀ ਦੇਦੇ ਲੱਗਦੀ ਮੁਹੱਲੇ 'ਚ ਇਹਨਾਂ ਦੀ। ਹੁਣ ਗੱਲਬਾਤ ਹੀ ਇੱਦਾਂ ਦੀ, ਉਹ ਨਹੀਂ ਲਾਲ ਟੈਂਕੀ ਟੱਪੇ ਵਾਲੇ 1-2-5 ਨਹੀਂ ਚਵਲ ਹੀ ਹੈ ਲੋ। ਉਹ ਭਾਅ ਜੀ ਮੈਂ ਬੱਚੇ ਨੂੰ ਜਦੋਂ ਮੈਂ ਵੇਖਿਆ ਦਾਣੇ ਬੋਤਲ ਪੀਂਦਾ ਹੋਵੇ ਨਾ ਤੇ ਫਰੀਦ ਦੇ ਮੁਹੱਲੇ 'ਚ ਇਹੀ ਗੱਲ ਹੁੰਦੀ ਹੋਏ ਯਾਰ, ਉਹ 1-2-5 ਵਾਲਾ ਨਾ ਅੱਜ ਵੀ 57-85 ਵਾਲਾ ਦੋ ਦਾ ਪੀ ਲਓ। ਮਿੱਠਾ ਜੀ ਹੁਣ ਗੱਲ ਸੁਣੋਗੇ ਤੁਸੀਂ, ਉਹ ਬੱਚੇ ਦੀ ਜਦੋਂ ਮੈਂ ਵੇਖਿਆ ਤੇ ਜੁੱਤੀ ਵੀ ਟੁੱਟੀ ਆ ਉਹ ਦਾਨਿਸ਼, ਇੱਥੋਂ ਮੇਰਾ ਏਦਾਂ ਦਾ ਦਿਲ ਭਰਿਆ, ਮੈਂ ਕਿਹਾ ਮੈਂ ਬੱਚੇ ਨੂੰ ਬਿਠਾਇਆ, ਮੈਂ ਕਿਹਾ ਚੱਲ ਪੁੱਤਰ ਚੱਲੀਏ, ਮੈਂ ਇੱਦਾਂ ਕਰਕੇ ਉਹਨੂੰ ਬਿਠਾਇਆ ਆਪਣੀ ਨਵੀਂ ਗੱਡੀ ਲੈ ਲਈ, ਉੱਥੇ ਹੀ ਲਾਤਾ ਜਿੱਥੋਂ ਚੁੱਕਿਆ ਸੀ, ਕਿਉਂਕਿ ਤੇਰਾ ਖਰਚਾ ਜ਼ਿਆਦਾ, ਮੈਂ ਤਾਂ ਥੋੜਾ ਸੋਚਿਆ ਸੀ। ਨਹੀਂ 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 ਉੱਥੇ ਨਹੀਂ ਲਾਇਆ, ਮੈਂ ਉਹਨੂੰ ਚੇਜ਼ਰ ਤੇ ਲੈ ਕੇ ਜਾਣਾ ਸੀ, ਮੈਂ ਕਿਹਾ ਚੱਲ ਯਾਰ ਬਹਿ ਤੇ ਬਹਿ ਗਿਆ ਉਹ ਜਨਾਬ, ਜਿਹੜੀ ਨਵੀਂ ਗੱਡੀ ਲਈ ਨੀ 1-2-5 ਜਿਹੜੀ 19 ਮਾਡਲ 57-85 ਲਾ ਰਹੇ ਜਿਹੜੀ ਟੈਕਟਾ ਪੀ ਜਾਣੀ ਆ, ਫਰੀਦ ਨੂੰ ਗਾਲ ਨਿਕਲ ਜਾਣੀ ਆ, ਇਹ ਤੂੰ ਕਿਤੇ ਮੈਨੂੰ ਸਮਝ ਲੱਗਣੀ ਕਾਲ ਮੰਨਤ ਵਾਲੀ ਗੱਡੀ ਆ, ਇਹਦਾ ਤੂੰ ਵੱਡਾ ਹੋਇਆ ਵਾ ਜਿਹੜੀ ਇਹਨੇ ਘੁੰਮਦੀ ਫਿਲਮਾਂ ਦੇ ਵਿੱਚ, ਇਹਨੂੰ ਕਿਤੇ ਦਫਾ ਕਰਕੇ ਤੇ ਵੇਚ ਉਹਨੂੰ ਯਾਰ, ਤੂੰ ਸਾਰਾ ਸ਼ੋਅ ਹੀ ਤੂੰ ਕਰਦਾ ਆ ਯਾਰ, ਹੁਣ ਨਾ ਜਾ ਤੇ ਪੁਰਤ ਲਾ ਕੇ ਜਾ ਜਾ, ਇੱਕ ਮਿੰਟ ਯਾਰ ਮੈਂ ਆਉਂਦਾ ਹੁਣੇ ਤੁਹਾਨੂੰ ਦੱਸ। ਉਹ ਮੈਂ ਵੇਖਣ ਗਿਆ ਸੀ, ਮੈਂ ਕਿਹਾ ਵੇਖਾਂ ਉਹ ਜਿਹੜੀ 19 ਮਾਡਲ ਲਈ ਨਹੀਂ 1-2-5 ਜਿਹੜੀ 57-85 ਲਾਲ ਰੰਗ ਦੀ ਟੈਂਕੀ ਲਈ ਨਵੇਂ ਟੈਟੂ ਪਵਾਏ ਯਾਰ, ਇਹ ਗੱਡੀ ਕਿਤੇ ਤੈਨੂੰ ਜੰਗ ਤੇ ਲੈ ਕੇ ਜਾਣੀ, ਤੂੰ ਕਹਿੰਦੀਆਂ ਤਰੀਫਾਂ ਕਰੀ ਜਾਣ ਕੀ ਆ,
ਕੀ ਨਿਕਲ ਆਇਆ ਯਾਰ? ਹਾਲਾਂਕਿ ਇਹਨੇ ਉਹਦਾ ਤਕਰੀਬਨ 10% ਪੇਮੈਂਟ ਕੀਤੀ ਆ ਕਜ਼ਨ ਆਪਣੇ ਨੂੰ ਗੱਲ ਸੁਣਾ ਕੇ ਇਹਨੇ ਲਈ ਆ। ਉਹ ਵਿਚਾਰੇ ਨੂੰ ਲਾਹੌਰ ਉਹ ਰਹਿੰਦਾ ਵਾ, ਠੀਕ ਹੈ, ਉਹਨੇ ਇਹਦੀ ਹਯਾ ਕੀਤੀ ਕਿ ਯਾਰ ਮੇਰਾ ਰਿਸ਼ਤੇਦਾਰ ਆ, ਚਲੋ ਬੇਟੇ ਉਹ ਗੱਡੀ ਦੀ ਗੱਲ ਤੇ ਤੂੰ ਬਾਅਦ ਚ ਕਰੀ ਨਾ। ਮੇਰੀ ਗੱਡੀ ਜਿਹੜੀ ਇਸ ਟਾਈਮ ਵੀ ਕਮ ਅਜ ਕਮ ਨੀ ਨਾ ਤੇ 1.5-2 ਲੱਖ ਦੀ ਹੈਗੀ ਹੈ। ਆਹ ਜਿਹੜੀ 19 ਮਾਡਲ ਲਈ 57-85 ਲਾਲ ਰੰਗ ਦੀ ਟੈਂਕੀ ਵਾਲੇ ਨਵੇਂ ਟੈਟੂ ਪਵਾਏ ਜਿਹੜੇ ਨਾ। ਘਰੇਲੂ ਮਾਮਲਾ ਉਹ ਯਾਰ ਤੇਰੀ ਮਿਹਰਬਾਨੀ। ਉਹ ਨਾ ਮਿੱਠਾ ਜੀ ਜਦੋਂ ਮੈਂ ਲੈ ਗਿਆ 6 ਹਫ਼ਤੇ ਤੇ ਮੈਂ 6 ਹਫ਼ਤੇ ਉਹ ਕਹਿੰਦੇ ਬੇਸਮੈਂਟ ਲਾ ਦੋ ਜਿਹੜਾ ਗੱਡੀ ਨਾ ਜਿਹੜੀ ਮੈਂ ਨਵੀਂ ਲਈ 1.5-57 ਲਾਲ ਰੰਗ ਦੀ ਟੈਂਕੀ ਵਾਲੀ ਨਵੇਂ ਟੈਟੂ ਪਵਾਏ ਉਹ ਮੈਂ ਨਾ ਬੇਸਮੈਂਟ 'ਚ ਲਾਤੀ ਨਾ ਅਤੇ ਉਹ ਬੇਸਮੈਂਟ 'ਚ ਲਾ ਕੇ ਮੈਂ ਨਾ ਉਹਨੂੰ ਪਰਚੀ ਵਾਲੇ ਨੂੰ ਮੈਂ ਕਿਹਾ ਧਿਆਨ ਰੱਖੀ ਯਾਰ ਨਵੀਂ ਗੱਡੀ ਲਈ 57-85 ਲਾਲ ਰੰਗ ਦੀ ਟੈਂਕੀ ਟਾਪੇ ਨਵੇਂ ਟੈਟੂ ਪਵਾਏ। ਉਹ ਮੈਂ ਉੱਤੇ ਗਿਆ ਬੱਚੇ ਨੂੰ ਜਾ ਕੇ ਮੈਂ ਕਿਹਾ ਬੇਟਾ ਤੇਰੀ ਜਿਹੜੀ ਦਿਲ ਕਰਦਾ ਨਾ ਜੁੱਤੀ ਤੂੰ ਪਸੰਦ ਕਰ ਲੈ। ਮੈਂ ਜੁੱਤੀ ਲੈ ਕੇ ਦਿੱਤੀ ਉਹਨੂੰ ਸੋਹਣੀ, ਉਹਨੇ ਜੁੱਤੀ ਪਾਈ, ਮੈਂ ਫਿਰ ਵੇਖਿਆ ਉਹਦੇ ਕੱਪੜੇ ਫਟੇ ਹੋਏ ਥੋੜ੍ਹੇ, ਮੈਂ ਕੱਪੜੇ ਫਟੇ, ਇੱਕ ਮੈਨੂੰ ਟੈਨਸ਼ਨ ਹੈ ਕਿ ਮੈਂ ਯਾਰ ਥੱਲੇ ਗੱਡੀ ਖਿਲਾਰੀ ਜਿਹੜੀ ਨਵੀਂ 1.5 ਨਹੀਂ ਲਈ ਤੇਰੀ ਮਿਹਰਬਾਨੀ ਮੈਨੂੰ ਯਾਦ ਹੋ ਗਿਆ, ਮੇਰਾ ਦਿਲ ਕਰਦਾ ਮੈਂ ਆਪਣੀ 70 ਦਾ ਨੰਬਰ ਵੀ ਇਹੀ ਲਵਾ ਲਵਾਂ, ਉਹਨੂੰ ਵੀ 1.5 ਕਹਿਣ ਲੱਗ ਜਾਵਾਂ ਯਾਰ ਪ੍ਰੀਤ ਕੋਈ ਦਿਮਾਗ ਖਰਾਬ ਕਰਨ ਤੂੰ ਸਾਡਾ ਯਾਰ ਉਦਾਂ ਦੋ ਜਿਹੜਾ ਤੈਨੂੰ ਬਰਦਾਸ਼ਤ ਕਰੀ ਜਾ। ਮੈਂ ਤਾਂ ਸੁਣਨ ਹੀ ਨਹੀਂ ਰਿਹਾ, ਮੈਂ ਉਹਦੀ ਗੱਲ ਤੇ ਭੋਰਾ ਵੀ ਨਹੀਂ ਗੌਰ ਕਰ ਰਿਹਾ, ਮੈਂ ਹੋਰ ਕਿਤੇ ਖੋਲ ਸੁਣਨ ਹੀ ਨਹੀਂ ਦਿਆਂ, ਤੂੰ ਤਾਂ ਸੋਹਣੀ ਸਟੋਰੀ ਬਣਾਈ ਹੋਈ ਆ, ਤੂੰ ਸਾਨੂੰ ਛੱਡ ਦੇ ਤੂੰ 1.5-1.5 ਵੀ ਕਰੀ ਆ ਤਾਂ ਬਾਈਕ ਆ ਜਿਹੜਾ 87-85 ਟੈਟੂ ਨਵੇਂ ਪਾਇਆ ਉਹਦੇ ਤੇ ਬਹਿ ਕੇ ਜਾਂ ਵੀਡੀਓ ਬਣਾ ਲੈਣੀ ਸੀ ਤਾਂ ਕਿ ਵਾਜ਼ੇ ਹੋ ਜਾਂਦੀ ਹੋਰ ਥੱਲੇ ਚਲਾ ਦੀਆਂ ਤਾਂ ਤੇਰੇ 1.5 ਤਰ੍ਹਾਂ ਚੱਲੀ ਜਾਵੇ ਜੇ ਤਾਂ ਬਦਕ ਨਹੀਂ ਹੁੰਦੀ ਮੈਚ ਦੇ ਵਿੱਚ ਨਹੀਂ ਹੁਣ ਇਹ ਤਾਂ 1.5 ਹੁਣ ਨਹੀਂ ਕਹਿੰਦਾ ਮੈਂ ਵੈਸੇ ਬੱਚੇ ਦੀ ਗੱਲ ਦੱਸਣ ਡਿਆ ਕਿ ਹੁਣ ਇੱਕੋ ਤੁਹਾਨੂੰ ਦੱਸੀ ਸ਼ੁਰੂ ਤੋਂ ਗੱਲ ਕਿ ਆਪਣੇ ਆਪ ਨੂੰ ਹੁਣ ਤੋਂ ਸਾਂਭੋਗੇ ਨਾ ਤੁਹਾਡੀ ਔਲਾਦ ਨਹੀਂ ਰੁਲੇਗੀ ਤੇ ਮੈਂ ਉਸ ਬੱਚੇ ਨੂੰ ਜਦੋਂ ਕੱਪੜੇ ਵੀ ਵੇਖਿਆ ਮੈਂ ਕਿਹਾ ਕੱਪੜੇ ਵੀ ਨਹੀਂ ਮੈਂ ਕੱਪੜੇ ਵੀ ਲੈ ਦਿੱਤੇ ਮੈਂ ਰੁਪਈਆ 2000 ਉਹਦੀ ਜੇਬ 'ਚ ਵੀ ਪਾਇਆ ਅਤੇ ਮੈਂ ਨਾ ਉਹਨੂੰ ਫੜਿਆ ਅਤੇ ਮੈਂ ਕਿਹਾ ਚੱਲ ਇਹਦੇ ਪਿਓ ਨੂੰ ਮਿਲ ਗਿਆ ਉਹਨੇ ਮੈਂ ਭਾਅ ਜੀ ਉਹਦੇ ਪਿਓ ਨੂੰ ਮਿਲਣ ਲਈ ਮੈਂ ਥੱਲੇ ਗਿਆ ਬੇਸਮੈਂਟ 'ਚੋਂ ਆਪਣੀ ਗੱਡੀ ਕੱਢੀ ਜਿਹੜੀ ਉਹ 1.5 ਲਈ ਪਤਾ ਕੀ ਮੈਂ ਤੈਨੂੰ ਗੱਲ ਦੱਸਣ ਡਿਆ ਮੈਂ ਘਰ ਉਹਦੇ ਬੱਚੇ ਨੂੰ ਛੱਡ ਕੇ ਤੇ ਮੈਂ ਨਾ ਮੇਰੇ ਦਿਲ ਚ ਐਵੇਂ ਆਇਆ ਮੈਂ ਕਿਹਾ ਯਾਰ ਪਤਾ ਨੀ ਰਾਸ਼ਨ ਹੈ ਕਿ ਨਹੀਂ ਨਹੀਂ ਤੂੰ ਇੰਨੀ ਸ਼ਾਪਕਾਂ ਕਰਾਉਣਾ ਪੂਰਾ ਗਨੀ ਭਲਵਾਨ ਬਣਿਆ ਵਾ ਤੇਰੇ ਆਪਣੇ ਬੱਚੇ ਦਾ ਪਤਾ ਵਾ ਦੱਸ ਦੇ ਸਿਲੇਬਸ ਉਹਨੇ ਨਾਲ ਦੇ ਲੈ ਕੇ ਫਿਰ ਪੇਪਰਾਂ ਦੀ ਤਿਆਰੀ ਕੀਤੀ ਹੈ ਉੱਥੇ ਨਹੀਂ ਹੋਣਾ ਜੀ ਤੋਂ ਰਹਿ ਗਿਆ ਇਸ ਵਾਰੀ ਉਹ ਯਾਰ ਹੁਣ ਤੇ ਮੈਂ ਗੱਲ ਹੀ ਸਿੱਧੀ ਕਰਨ ਡਿਆ ਵੀ ਬੱਚੇ ਨੂੰ ਮੈਂ ਕਿਹਾ ਚੱਲ ਰਾਸ਼ਨ ਵੀ ਲੈ ਕੇ ਦਿੰਦਾ ਉਹ ਮੈਂ ਰਾਸ਼ਨ ਜਿਹੜਾ ਲੈਣ ਲਈ ਮੈਂ ਕਿੱਕ ਮਾਰੀ ਹੈ ਨਾ ਆਪਣੀ ਜਿਹੜੀ ਉਹ ਬੈ ਲੈਣ ਦੇ ਨਵੇਂ ਟੈਟਕ ਪਵਾਇਆ ਮੈਂ ਭਾਜੀ ਬਹਿ ਕੇ ਤੁਹਾਨੂੰ ਅਗਲੀ ਗੱਲ ਸਿਰਫ ਛੋਟੀ ਜੀ ਗੱਲ ਮੁਕਾ ਯਾਰ ਗਰਮੀ ਬਹੁਤ ਆ ਫਰੀਦ ਮੈਂ ਚੱਲਾਂ ਹੀ ਹੁਣ ਤੂੰ 1.5 ਦਾ ਨਾਂ ਲਿਆ ਮੈਂ ਚੱਲ ਜਾਣੀ ਬਸ ਦੋਸਤੀ ਇੱਕ ਹੱਦ ਤੱਕ ਹੁੰਦੀ ਹੈ ਦਰਸੀ ਯਾਰ ਓਹੋ ਹੋ ਉਹ ਨਾ ਟੈਂਕੀ ਟਾਪੇ ਤੋਂ ਇਲਾਵਾ ਉਹ ਭਾਅ ਜੀ ਮੈਂ ਕਿਹਾ ਚੱਲ ਰਾਸ਼ਨ ਲੈ ਦਿੰਦਾ ਮੈਂ ਨਾ ਭਾਅ ਜੀ ਬਾਹਰ ਨਿਕਲਿਆ ਮੈਂ ਬੱਚੇ ਨੂੰ ਮੈਂ ਕਿਹਾ ਬੇਟਾ ਮੈਂ ਆਉਂਦਾ ਵਾਂ ਉਹਦੇ ਅੱਬੂ ਨੂੰ ਵੀ ਕਿਹਾ ਮੈਂ ਆਉਂਦਾ ਵਾਂ ਮੈਂ ਆਣ ਕੇ ਬਾਹਰ ਨਾ ਮੈਂ ਕਿੱਕ ਮਾਰੀਏ ਭਾਅ ਜੀ ਕਿਹਨੂੰ ਕਿਹਨੂੰ ਮਾਰੀ ਕਿਹਨੂੰ ਮਾਰੀ ਕਿੱਕ ਰੋਨਾਲਡੋ ਆ ਤੂੰ ਵੀ ਤੇ ਰੋਡ 'ਤੇ ਕਿੱਕਾਂ ਮਾਰਨ ਡਿਆ ਕਿੱਕ ਕਿਹਨੂੰ ਮਾਰੀ ਦੱਸ ਉਹ ਯਾਰ ਬੱਚੇ ਖੇਡਣੇ ਫੁੱਟਬਾਲ ਹਾਂ
ਉਹ ਮੈਂ ਬੱਚੇ ਨੂੰ ਕਿਹਾ ਅੰਕਲ ਬਾਲ ਇੱਧਰ ਸੁੱਟਣਾ। ਲੈ ਬੱਚੇ ਨੂੰ ਕਿਹਾ ਅੰਕਲ। ਅੱਛਾ ਤੂੰ ਨਿਕਲਿਆ ਕਿੱਥੋਂ? ਉਹਦੇ ਘਰੋਂ। ਆ ਹੁਣ ਤਾਂ ਤੂੰ ਚੇਜਬ ਸੀਗਾ। ਨਹੀਂ ਉਹਦੇ ਘਰ 2000 ਦੇ ਵਿੱਚ ਅਸੀਂ ਪਾਗਲ ਹੋ ਜਾਾਂਗੇ। ਬੱਚੇ 2000 ਲਾਇਆ ਅਸੀਂ ਆਲ ਫਾਲ ਹੋ ਗਏ ਵੀ ਤੂੰ ਜਿੱਥੋਂ ਮਾਰੀ ਨਿਕਲੇਗਾ 2000 ਲਾ ਕੇ। ਨਹੀਂ ਘਰ ਛੱਡ ਕੇ ਆਇਆ। ਘਰ ਛੱਡ ਕੇ ਆਇਆ ਮੈਂ ਉਹਨੂੰ, ਘਰ ਛੱਡ ਕੇ ਆਇਆ ਮੈਂ ਬਾਹਰ ਆ ਕੇ ਮੈਂ ਉਹਨੂੰ ਰਾਸ਼ਨ ਦਾ ਕਿਹਾ ਕਿ ਮੈਂ ਬਾਹਰ ਰਾਸ਼ਨ ਲੈਣ ਲਈ ਨਿਕਲਿਆ। ਕਿੱਕ ਮਾਰੀ ਆਪਣਾ। ਕਿਹਨੂੰ ਕਿਹਨੂੰ ਕਿੱਕ ਮਾਰਤੀ? ਕਿੱਕ ਮਾਰੀ ਮੈਂ ਸਟਾਰਟ ਕੀਤੀ। ਮੈਂ ਤੇਰੇ ਇੱਕ ਮਾਰੀ ਨਾ ਤੇਰੇ ਨੂੰ ਕਿੱਕ ਭੁੱਲ ਜਾਣੀ ਹੈ। ਮੈਂ ਤੇਰਾ ਡੇਲਾ ਬਿਲਕੁਲ ਬੰਦ ਕਰ ਦੇਣਾ ਵਾ। ਜਿਹੜੇ ਟੈਟੂ ਨਹੀਂ ਨਵੇਂ ਪਵਾਏ ਹੈ 70 ਬੱਚੇ ਨੂੰ ਭਾਜੀ ਮੈਂ ਰਾਸ਼ਨ ਦੇ ਕੇ ਆਇਆ ਵਾ ਤੇ ਮੈਂ ਰਾਸ਼ਨ ਦੇ ਕੇ ਤੇ ਬਾਅਦ ਦੇ ਵਿੱਚ ਮੈਂ ਕਿਹਾ ਚੰਗਾ ਵੀ ਮੈਂ ਆਵਾਂਗਾ ਫਿਰ ਕਿਸੇ ਦਿਨ ਮੈਂ ਇਨਸ਼ਾਲਾ ਚੱਕਰ ਲਾਵਾਂਗਾ। ਜਿਹੜੀ ਉਹਦੇ ਤੇ ਜਿਹੜੀ ਨਵੀਂ ਗੱਡੀ ਲਈ ਨਾ 57-85 ਲਾਲ ਰੰਗ ਦੀ ਟੈਂਕੀ ਵਾਲੀ ਨਵੇਂ ਟੈਟੂ ਪਾਏ 1-5 ਨਾ ਕੋਈ ਭਾਜੀ ਗੱਲ ਸਮਝਣ ਵਾਲੀ ਤਾਂ ਇਹਨਾਂ ਦੇ ਵਿੱਚ ਅਕਲ ਹੈਗੀ ਨਾ ਕੋਈ ਮੌਤ ਆ ਭਾਜੀ। ਗੱਲ ਪਤਾ ਕਿ ਮੈਂ ਸਿਰਫ ਦੱਸਿਆ ਵਾ ਵੀ ਹਾਲਾਤ ਐਸੇ ਹੋਏ ਪਏ ਨੇ। ਆਪਣੇ ਆਉਣ ਵਾਲੇ ਵਕਤ ਨੂੰ ਸੰਭਾਲੋ ਭਾਜੀ। ਜਿਹੜੇ 30-40 ਸਾਲ ਦੇ ਦਰਮਿਆਨ ਦੇ ਵਿੱਚ ਨਾ ਲੋਕਾਂ ਦੀ ਇਹੋ ਹੀ ਜ਼ਿੰਦਗੀ, ਇਹਦੇ ਤੋਂ ਬਾਅਦ ਤੁਸੀਂ ਕੀ ਕਰੋਗੇ? ਇੱਥੇ ਹੀ ਫੈਸਲਾ ਕਰਨਾ ਵਾ ਕਿ ਤੁਸੀਂ ਬਹਿ ਕੇ ਖਾਣਾ ਵਾ ਕਿ ਜਾਂ ਪੈ ਕੇ ਖਾਣਾ ਜਾਂ ਫਿਰ ਸਾਰੀ ਜ਼ਿੰਦਗੀ ਮਜ਼ਦੂਰੀਆਂ ਕਰਨੀਆਂ। ਮੈਂ ਤਾਂ ਭਰਾਵਾ ਸਿਰਫ ਇੰਨੀ ਗੱਲ ਦੱਸੀ ਕਿ ਉਹ ਬੱਚੇ ਨੂੰ ਮੈਂ ਲੈ ਕੇ ਗਿਆ ਵਾਂ। ਉਹ ਬੱਚਾ ਵਿਚਾਰਾ ਪਰੇਸ਼ਾਨ ਸੀ। ਬੱਚੇ ਨੂੰ ਮੈਂ ਜਾ ਕੇ ਜੁੱਤੀ ਲੈ ਕੇ ਦਿੱਤੀ, ਕੱਪੜੇ ਕਿਤਾਬਾਂ ਲੈ ਕੇ ਦਿੱਤੇ, ਉਹਦੇ ਘਰ ਛੱਡ ਕੇ ਆਇਆ ਵਾਂ ਜਿਹੜੀ ਮੈਂ ਨਵੀਂ ਗੱਡੀ ਲਈ ਨਾ ਜਿਹੜੀ 1-5-57-57 I love it.